टुडे न्यूज़ विच तुहाडा स्वागत है। हुण हर खबर तुहाडे तक। चोरां दी वड्डी वारदात, लखां रुपए का सोना चोरी, चांदी नकदी अते एक्टिवा लैके होए चोर फरार। ਇਹ ਘਟਨਾ ਗੋਬਿੰਦ ਕਲੋਨੀ 7 ਚ ਰਹਿੰਦੇ ਧਰਮਪਾਲ ਸ਼ਰਮਾ ਦੇ ਘਰ ਸ਼ਨੀ ਅਤੇ ਐਤਵਾਰ ਦੇ ਦਰਮਿਆਨਿਆ ਰਾਤ ਨੂੰ ਚੋਰੀ। ਲੱਖਾਂ ਰੁਪਏ ਦਾ ਸੋਨਾ ਅਤੇ ਚਾਂਦੀ ਨਕਦੀ ਲੈ ਕੇ ਐਕਟਿਵਾ ਵੀ ਹੋਏ ਚੋਰ ਫਰਾਰ। ਪੁਲਿਸ ਨੇ ਸੀਸੀਟੀਵੀ ਫੁਟੇਜ ਕੈਮਰਿਆਂ ਦੀ ਖੰਗਾਲ ਕੇ ਚੋਰਾਂ ਦੀ ਸ਼ਨਾਖਤ ਸ਼ੁਰੂ ਕਰ ਦਿੱਤੀ ਹੈ ਅਤੇ ਡੌਗ ਸ਼ੌਕੈਂਡ ਦੀ ਟੀਮ ਵੀ ਚੋਰਾਂ ਦੀ ਪੈਰ ਲੱਭਣ 'ਚ ਜੁੱਟ ਗਈ ਹੈ ਅਤੇ ਸਬ ਡਿਵੀਜ਼ਨਰ ਦੇ DSP ਬਲਜੀਤ ਸਿੰਘ ਬਰਾੜ ਅਤੇ DSP ਰਮਨਿੰਦਰ ਦਿਓਲ ਨੇ ਦੱਸਿਆ ਕਿ ਪੁਲਿਸ ਨੇ ਚੋਰਾਂ ਦੀ ਸੂਚਨਾ ਮਿਲਦੇ ਹੀ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚ ਕੇ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਬਰਨਾਲਾ ਟੁਡੇ ਲਈ ਰਵੀਰ ਹੈਪੀ ਦੇ ਨਾਲ ਮਨੀ ਗਰਗ ਦੀ ਰਿਪੋਰਟ। ਚੋਰੀ ਹੋਈ ਜੀ ਰਾਤ ਤਕਰੀਬਨ 2:45 ਜੀ। ਅਸੀਂ ਸੁੱਤੇ ਪਏ ਸੀ, 11:30, 12:30 ਤੱਕ ਪਿਆ ਹੀ ਹਾਂ ਜੀ। ਠੀਕ ਹੈ ਜੀ। ਸਵੇਰੇ ਸਾਡੇ ਕਿਰਾਏਦਾਰ ਮੁੰਡਾ ਬਹੁਤ ਵਧੀਆ, ਉਹਨੇ ਠਾਇਆ ਸਾਨੂੰ ਵੀ ਐਂ ਕਰਕੇ ਵੀਰੇ ਆਪਣਾ ਦੇਖੋ ਸਮਾਨ ਬਾਹਰ ਪਿਆ ਗਾ ਸਾਰਾ, ਵੀ ਉਹ ਦੇਖੋ ਕਾਹਦਾ ਹੈਗਾ। ਮੈਂ ਇਹਦੇ ਕੰਨੀ ਦੇਖਿਆ, ਮੈਨੂੰ ਤਾਂ ਐਂ ਸੀ ਵੀ ਕਿਤੇ ਘਰ ਵਾਲੀ ਨੂੰ ਕੁਛ ਹੋ ਗਿਆ, ਵੀ ਉਹਨੇ ਠਾਇਆ ਫਟਾਫਟ। ਜਦੋਂ ਬਾਹਰ ਦੇਖਿਆ ਸੀ ਹੁਣ ਤਾਂ ਤਵੀ ਅਸੀਂ 100 ਨੰਬਰ 'ਤੇ ਫੋਨ ਕਰਤਾ, ਉਹਦੀ ਪੁਲਿਸ ਆ ਗਈ 10-20 ਮਿੰਟਾਂ ਦੇ ਵਿੱਚ। ਉਹਨਾਂ ਨੇ ਆਪਣੀ ਪੂਰੀ ਕਾਰਵਾਈ ਕੀਤੀ ਜੀ। 8 ਤੋਲੇ ਸਿਆਉਣਾ ਸੀ ਜੀ, 10-12 ਹਜ਼ਾਰ ਰੁਪਏ ਸੀਗੇ ਜੀ, ਬਟੂਆ ਸੀਗਾ ਜੀ, ਉਹਦਾ ਬੇਟੇ ਦਾ ਉਹ 'ਚ ਵੀ ਸੀਗਾ ਪੈਸੇ ਜੀ, ਕੁਛ ਪਰਸ ਸੀ ਲੇਡੀ ਉਹ 'ਚ, ਪਤਾ ਨਹੀਂ ਵੀ ਕਿੰਨੇ ਪੈਸੇ ਸੀ ਕਿਸੇ ਨੇ। ਨਹੀਂ ਕੁਛ ਨਹੀਂ ਪਤਾ ਲੱਗਿਆ ਸਾਨੂੰ ਤਾਂ। ਇੱਕ ਪਲੇਜਰ ਕਾ ਸਕੂਟਰੀ ਹੈ ਜੀ ਆਪਣੀ, ਸੰਘਾਈ ਹੈ ਜੀ, ਜਿਵੇਂ ਉੱਥੇ ਸਾਨੂੰ ਸਿਰ ਭਾਰੀ ਬਹੁਤ ਹੋਏ ਜੀ। ਸ਼ੱਕ ਇਹ ਤਾਂ ਹੁਣ ਪਤਾ ਨਹੀਂ ਜੀ, ਹੁਣ ਲੋਕਡਾਊਨ ਹੋਇਆ ਪਤਾ ਨਹੀਂ ਕਿੱਧਰੋਂ ਆਏ ਆ ਕਿੱਧਰੋਂ ਨਹੀਂ ਆਏ। ਫੋਟੋ ਆਈ ਹੈ ਜੀ ਕੈਮਰੇ ਦੇ ਵਿੱਚ, ਇੱਕ ਬੰਦਾ ਆ ਰਿਹਾ ਜੀ। ਹੰਜੂ ਰਾਣੀ ਨਾਮ ਹੈ ਜੀ ਮੇਰਾ। ਅਸੀਂ ਰਾਤ ਨੂੰ 11 ਵਜੇ ਸੁੱਤੇ ਹਾਂ ਜੀ, ਅਤੇ ਸਵੇਰੇ 5 ਵਜੇ ਸਾਨੂੰ ਕਿਰਾਏਦਾਰਾਂ ਨੇ ਜਗਾਇਆ ਜੀ, ਕਹਿੰਦੇ ਆਹ ਦੇਖੋ ਤੁਹਾਡੇ ਕੀ ਹੋਇਆ ਪਿਆ ਜੀ ਇੱਥੇ, ਵੀ ਬਾਹਰ ਸਮਾਨ ਖਿਲਰ ਰਿਹਾ ਪਿਆ। ਜਦੋਂ ਮੈਂ ਸਰ ਉੱਠ ਕੇ ਦੇਖੀ, ਇੱਕਦਮ ਮੇਰਾ ਸਿਰ ਐਂ ਭਾਰੀ ਜਿਹਾ ਹੋਇਆ। ਉੱਠ ਕੇ ਜਦੋਂ ਮੈਂ ਬਾਹਰ ਆ ਕੇ ਦੇਖਿਆ ਸਰ, ਉਹ ਪਰਸ ਪੁਰਸ ਫਰੋਲੇ ਆਪਦੇ, ਬੋਕਸ ਫਰੋਲਿਆ ਜਰੋਲੀਆਂ ਰਾ, ਉਹਦੇ 'ਚ ਸਰ ਮੇਰਾ 8 ਤੋਲੇ ਸਿਆਉਣੇ ਦੇ ਸੀਗੇ, 5 ਤੋਲੇ ਦੀਆਂ ਸਿਕੰਦਰੀਆਂ ਸੀ, 1 ਕੋਕਾ ਸੀ, 10-12 ਹਜ਼ਾਰ ਰੁਪਈਆ ਸੀ ਸਰ। ਬਾਕੀ ਜਿਹੜੀਆਂ ਬੈਂਕ ਦੀਆਂ ਕਾਪੀਆਂ ATM ਵਗੈਰਾ ਉਹ ਮੇਰੇ ਸਾਰੇ ਇੱਥੇ ਸਿੱਟ ਗਏ, ਬਾਕੀ ਸਾਰਾ ਸਮਾਨ ਲੈ ਗਏ, 1 ਸਕੂਟਰੀ ਲੈ ਗਏ ਜੀ, ਅਤੇ ਬਸ ਹਜੇ ਸਾਨੂੰ ਕੋਈ ਨਾ ਕੋਈ ਪਤਾ ਨਹੀਂ ਗਿਆ ਜੀ ਜਿਹੜਾ ਲੈ ਕੇ ਗਏ ਆ। ਦੁਕਾਨ ਮੇਰੀ ਉੱਥੇ ਨਾਲ ਬੁਟੀਕ ਦਾ ਕੰਮ ਆ ਜੀ, ਦੁਕਾਨ ਨਹੀਂ ਖੋਲ੍ਹੀ ਉਹਨਾਂ ਨੇ, ਦੁਕਾਨ 'ਚੋਂ ਕੁਛ ਨਹੀਂ ਚੱਕਿਆ ਹੈਗਾ। ਜਿਹੜਾ ਇੱਥੋਂ ਜਵੈਲਰੀ ਲੈ ਕੇ ਗਏ ਆ, ਉੱਧਰੋਂ ਪੇਟੀ ਦੇ ਕਬਜ਼ੇ ਪੱਟੇ ਆ ਜੀ, ਬੀਬੀ ਵਾਲਾ ਟਰੰਕ ਖੋਲ੍ਹਿਆ, ਉਹਦੇ 'ਚੋਂ ਬੀਬੀ ਦੀਆਂ ਅਲਟੀਵੇਸ਼ਨ ਚੂੜੀਆਂ ਕੱਢ ਕੇ ਉਹ ਉੱਥੇ ਸੁੱਟ ਗਏ। ਜਿਹੜਾ ਮੇਰੇ ਵਾਲਾ ਰਿਜੀਨਲ ਸਾਰਾ ਸਿਆਉਣਾ ਸੀਗਾ ਜੀ, ਉਹ ਸਾਰੇ ਦਾ ਸਾਰਾ ਲੈ ਕੇ। ਇਹ 3 ਵਜੇ 3:09 ਤੋਂ ਲੈ ਕੇ ਜੀ ਅਸੀਂ ਉਹ ਦੇਖਿਆ ਕੈਮਰੇ, 3:09 ਤੋਂ ਲੈ ਕੇ 4 ਵਜੇ ਦੇ ਵਿੱਚ, 1 ਘੰਟੇ ਦੇ ਵਿੱਚ ਇਹ ਸਾਰਾ ਕੁਛ ਹੋਇਆ ਜੀ। ਸਾਨੂੰ ਤਾਂ 5 ਵਜੇ ਪਤਾ ਲੱਗਿਆ ਜੀ, ਜਦੋਂ ਸਾਨੂੰ ਆਹ ਕਿਰਾਏਦਾਰ ਸਾਡੀ ਫਰਿੱਜ 'ਚੋਂ ਦੁੱਧ ਲੈਣ ਆਏ ਜੀ, ਇਹਨਾਂ ਨੇ ਆ ਕੇ ਦੱਸਿਆ ਵੀ ਦੀਦੀ ਤੁਹਾਡਾ ਸਮਾਨ ਖਿਲਰਿਆ ਪਿਆ ਹੈਗਾ। ਫਿਰ ਮੈਂ ਆਪਦੇ ਹਸਬੈਂਡ ਨੂੰ ਜਗਾਇਆ ਜੀ। ਨਾ ਜੀ, ਰਾਤ ਨੂੰ ਅਸੀਂ ਉੱਠੇ ਹੀ ਨਹੀਂ, ਜਿਉਂ 11 ਵਜੇ ਪੈ ਗਏ ਜੀ ਅਸੀਂ, ਸਾਡਾ ਕੋਈ ਨਹੀਂ ਉੱਠਿਆ ਜੀ। ਫਿਰ ਉਸ ਤੋਂ ਬਾਅਦ ਹਜੇ ਜਾਂਚ ਚੱਲਦੀ ਹੈਗੀ, ਦੇਖ ਰਹੇ ਹਾਂ ਹਜੇ, ਮਤਲਬ ਫਿੰਗਰਪ੍ਰਿੰਟ ਟੀਮ ਵੀ ਬੁਲਾਈ, ਡੌਗ ਸਕਾਡ ਵੀ ਬੁਲਾਇਆ ਇਹਦੇ ਬਾਰੇ। ਸਰ ਕਿਹੜੇ ਇਲਾਕੇ 'ਚ ਹੋਈ ਹੈ ਚੋਰੀ? ਇਹ ਗੋਬਿੰਦ ਕਲੋਨੀ ਹੈ, ਗਲੀ ਨੰਬਰ 7 ਦੇ ਵਿੱਚ। ਕੀ ਕੀ ਲੈ ਕੇ ਸਮਾਨ ਚੋਰੀ? ਇਹਦੇ 'ਚੋਂ ਕੋਈ ਗੋਲਡ ਵਗੈਰਾ ਹੈਗਾ, ਪਲੱਸ ਕੋਈ ਨਕਦੀ ਹੈਗੀ, ਲੇਕਿਨ ਹਜੇ ਚੱਲਦੀ ਹੈ, ਹਜੇ ਦੇਖਦੇ ਹਾਂ। ਨਹੀਂ ਹਜੇ ਇਹਨਾਂ ਦਾ ਮੈਡੀਕਲ ਵਗੈਰਾ ਕਰਾਵਾਂਗੇ, ਮੈਡੀਕਲ ਕਰਾ ਕੇ ਫਿਰ ਪਤਾ ਲੱਗੂਗਾ ਵੀ ਵਾਕਈ ਕੁਛ ਨਸ਼ੀਲੀ ਚੀਜ਼ ਵਗੈਰਾ ਹੋਈ ਹੈ ਕਿ ਨਹੀਂ ਹੋਈ। ਡੌਗ ਸਕਾਡ ਵੀ ਆਇਆ ਅਤੇ ਫਿੰਗਰ ਪ੍ਰਿੰਟ ਵੀ ਬੁਲਾਇਆ, ਫਰਾਂਸਿਕ ਬਿਲਕੁਲ ਇਹਨੇ ਬੁਲਾਇਆ, ਚੈੱਕ ਕਰਦੇ ਆ, ਦੇਖਦੇ ਆ। ਨਹੀਂ ਚੱਲੀ, ਹਜੇ ਤਾਂ ਚੱਲ ਰਹੀ ਹੈ, ਹਜੇ ਚੱਲ ਰਹੀ ਹੈ, ਦੇਖਦੇ ਆ। ਕੈਮਰੇ ਦੇਖੇ ਨੇ, ਉਹਨਾਂ ਨੂੰ ਕੀ ਲੱਗਦਾ ਕਿ ਕਿੰਨੇ ਬੰਦੇ ਸੀ ਸਰ, ਕੀ ਟਾਈਮਿੰਗ ਕੀ ਸੀ ਇਹਨਾਂ ਦੀ? ਹਜੇ ਕੈਮਰੇ ਚੈੱਕ ਕਰ ਰਹੇ ਹਾਂ, ਹਜੇ ਚੱਲ ਰਹੀ ਹੈ, ਹਜੇ ਕੈਮਰਿਆਂ ਦੀ ਵੀ ਚੱਲ ਰਹੀ ਹੈ, DSP ਡੀ ਸਾਹਿਬ ਵੀ ਆ ਅਤੇ DSP ਸਰਦਾਰ ਬਲਜੀਤ ਸਿੰਘ ਵੀ ਨਾਲ ਨੇਗੇ, ਠੀਕ ਹੈ। SSP ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਵੀ ਹੈ ਟੀਮਾਂ ਆਪਣੀਆਂ ਕੰਮ ਕਰ ਰਹੀਆਂ, ਸਾਰੀ ਪੁਲਿਸ ਲੱਗੀ ਵੀ ਇਸੇ ਕੰਮ ਵਾਸਤੇ, ਠੀਕ ਹੈ। ਨਹੀਂ ਲੱਗੂਗੀ ਹੋਊਗੀ। ਹੋਰ ਤਾਜ਼ਾ ਖਬਰਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਬੈੱਲ ਆਈਕਨ ਵੀ ਦਬਾਓ।